ਪਹਿਲਾਂ ਫੋਨ ਕਰਕੇ ਦਿੱਤੀਆਂ ਧਮਕੀਆਂ, ਫਿਰ ਫਾਈਨਾਂਸ ਕੰਪਨੀ ਦੇ ਬਾਹਰ ਕੀਤੇ ਫਾਇਰ, ਗੋਲੀਆਂ ਚਲਾਉਂਦੇ ਦੀ ਵੀਡੀਓ ਵੀ ਆਈ ਸਾਹਮਣੇ। ਦੱਸ ਦੇ ਕਿ ਫਾਈਨਾਂਸ ਕੰਪਨੀ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਸ ਸੰਬੰਧੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਹਮਲਾਵਰ ਗੋਲੀਆਂ ਚਲਾਉਂਦਾ ਹੋਇਆ ਕੈਦ ਹੋਇਆ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਵੱਲੋਂ ਮੌਕੇ ਤੇ 5 ਦੇ ਕਰੀਬ ਫਾਇਰ ਕੱਢੇ ਗਏ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇ ਕਿ ਪੂਰਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਫਾਈਨਾਂਸ ਕੰਪਨੀ ਦੇ ਮਾਲਕ ਹਨੀ ਅਗਰਵਾਲ ਦਾ ਕਹਿਣਾ ਹੈ ਕਿ ਕੱਲ ਉਹਨਾਂ ਦਾ ਦਫ਼ਤਰ ਬੰਦ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਉਕਤ ਅਣ ਪਛਾਤਿਆਂ ਵੱਲੋਂ ਮੌਕੇ ਤੇ 5 ਗੋਲੀਆਂ ਨਾਲ ਫਾਇਰ ਕੀਤੇ ਗਏ, ਜਿਨ੍ਹਾਂ ਦੇ ਖੋਲ ਵੀ ਮੌਕੇ ਤੋਂ ਬਰਾਮਦ ਹੋਏ ਨੇ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਵੀ ਕਿਸੇ ਅਣ ਪਛਾਤਿਆਂ ਵੱਲੋਂ ਫੋਨ ਤੇ ਧਮਕੀਆਂ ਵੀ ਆਈਆਂ ਨੇ, ਜਿਸ ਵਿੱਚ ਉਕਤ ਵਿਅਕਤੀਆਂ ਵੱਲੋਂ ਫਿਰੌਤੀ ਮੰਗੀ ਗਈ ਸੀ ਤੇ ਹੁਣ ਉਹਨਾਂ ਦੇ ਦਫ਼ਤਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਉੱਥੇ ਹੀ ਮੌਕੇ ਤੇ ਦੇਖਣ ਪਹੁੰਚੇ SP ਗੁਰਪ੍ਰੀਤ ਸਿੰਘ ਗਿੱਲ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਅਣਪਛਾਤਾ CCTV ਦੇ ਵਿੱਚ ਕੈਦ ਹੋਇਆ। ਤਾਂ ਦੱਸਦੇ CCTV ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਗੋਲੀਆਂ ਚਲਾਉਂਦਾ ਹੋਇਆ ਮੁਲਜ਼ਮ ਸਾਫ਼ ਨਜ਼ਰ ਆ ਰਿਹਾ। ਮੇਰਾ ਦਫ਼ਤਰ ਹੈਗਾ ਜਲੰਧਰ ਰੋਡ ਤੇ, ਇੱਥੇ ਪੰਜਾਬ ਫਾਈਨੈਂਸ ਕੰਪਨੀ ਦੇ ਨਾਂ ਦਾ। ਮੈਨੂੰ ਪਿਛਲੇ ਹਫ਼ਤੇ ਤੋਂ ਨਾ ਬੜੀਆਂ ਮਤਲਬ ਕੋਈ ਥ੍ਰੈਟਨਿੰਗ ਕਾਲਸ ਆ ਰਹੀਆਂ ਸੀ ਅਤੇ ਮੈਂ ਉਹਦਾ ਕੋਈ ਰਿਸਪੋਂਸ ਨਹੀਂ ਦਿੱਤਾ ਅਤੇ ਮੈਂ ਕਿਹਾ ਚਲੋ ਕੋਈ ਨਹੀਂ, ਕੋਈ ਸ਼ਰਤ ਹੋਏਗੀ ਕਿਸੇ ਦੀ। ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ, ਜਦੋਂ ਮੇਰੇ ਮੁੰਡਿਆਂ ਨੇ ਦਫ਼ਤਰ ਖੋਲ੍ਹਿਆ ਅਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਤਲਬ ਕੋਈ ਫਾਇਰਿੰਗ ਹੋਈ ਆ ਅਤੇ 5 ਮਤਲਬ ਖੋਲਸ ਮਤਲਬ ਮਿਲੇ ਨੇ। ਅਤੇ ਅਸੀਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਨੇ ਆ ਕਿ ਆ ਜਿਹੜੇ ਮਤਲਬ ਕੋਈ ਗਲਤ ਅਨਸਰ ਹੈਗੇ ਨੇ ਜਿਹੜੇ ਆ ਮਤਲਬ ਲੋਕਾਂ ਨੂੰ ਥ੍ਰੈਟਨਿੰਗ ਕਾਲਸ ਕਰਕੇ ਅਤੇ ਪੈਸੇ ਦੀ ਡਿਮਾਂਡ ਕਰਦੇ ਨੇ, ਇਹਨੂੰ ਜਲਦੀ ਤੋਂ ਜਲਦੀ ਫੜਿਆ ਜਾਏ ਅਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਆ ਉਹਨੂੰ ਬਰਕਰਾਰ ਕੀਤੀ ਜਾਏ। ਕਿਸ ਨੰਬਰਾਂ ਤੋਂ ਕਾਲ ਆਈ ਸੀਗੀ? ਫੋਨ ਜਿਹੜੇ ਆ ਨਾ ਜੀ ਮੈਨੂੰ ਕੋਈ UK ਦੇ ਨੰਬਰ ਤੋਂ, ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਅਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ। ਉਹ ਲਗਾਤਾਰ ਮੈਨੂੰ ਕੋਈ 4 ਕੁ ਦਿਨ ਫੋਨ ਆਉਂਦੇ ਰਹੇ ਨੇ, ਵਟਸਐਪ ਮਤਲਬ ਕਾਲਸ ਆਉਂਦੀਆਂ ਰਹੀਆਂ। ਇਹਨਾਂ ਨੇ ਮੇਰੇ ਕੋਲ 50 ਲੱਖ ਦੀ ਫਿਰੌਤੀ ਮਤਲਬ ਮੰਗੀ ਸੀ ਅਤੇ ਮੈਂ ਕਿਹਾ ਮਤਲਬ ਮੈਂ ਕੋਈ ਧਿਆਨ ਨਹੀਂ ਦਿੱਤਾ ਇਸ ਮਤਲਬ ਚੀਜ਼ 'ਤੇ। ਅਤੇ ਇਹ ਫਾਇਰਿੰਗ ਕਦੋਂ ਹੋਈ ਸੀਗੀ? ਫਾਇਰਿੰਗ ਜੀ ਆ ਰਾਤ ਨੂੰ, ਕੋਈ ਅੱਜ ਹੈਗੀ ਆ 22 ਤਰੀਕ, 21 ਰਾਤ ਨੂੰ ਫਾਇਰਿੰਗ ਹੋਈ। ਕੋਈ CCTV ਵਿੱਚ ਆਏ ਕੋਈ ਬੰਦੇ ਜਿੱਦਾਂ? CCTV ਦੇਖ ਰਹੇ ਆ ਜੀ, ਮਤਲਬ ਅੰਦਰ ਬੈਠੇ ਦੇ ਨੇ, ਪ੍ਰਸ਼ਾਸਨ ਦੇ ਬੰਦੇ ਬੈਠੇ ਦੇ ਆ ਅੰਦਰ, ਉਹ ਦੇਖ ਰਹੇ ਆ ਜੀ। ਤੁਸੀਂ ਦੇਖੀ ਸੀ ਕਿ ਵੈਸੇ CCTV? ਨਹੀਂ ਮੈਂ ਹਲੇ ਨਹੀਂ ਦੇਖੇ, ਹਲੇ ਤਾਂ ਉਹ ਪੁਲਿਸ ਵਾਲੇ ਮਤਲਬ ਪਹਿਲਾਂ ਕਹਿੰਦੇ ਇਹੀ ਮੈਨੂੰ ਦੇਖ ਲਈਏ, ਉਹ ਦੇਖ ਰਹੇ ਨੇ। ਉਹ ਇਹ ਲੱਗਦਾ ਜੀ ਇਹ ਕੋਈ ਮਤਲਬ ਗਲਤ ਮਤਲਬ ਅਨਸਰ ਜਿਹੜੇ ਆ ਨੇ ਜੀ, ਪੰਜਾਬ ਨੂੰ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਆਮ ਜਿਹੜੇ ਲੋਕ ਨੇ ਉਹਨਾਂ 'ਚ ਮਤਲਬ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਅਤੇ ਆਹ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮਤਲਬ ਹੋਰ ਪ੍ਰਸ਼ਾਸਨ ਜਿਹੜੀ ਮਤਲਬ ਸਾਡੇ MLA ਸਾਹਿਬ ਜਿਹੜੇ ਸ਼ਹਿਰੀ ਕਲਸੀ ਜੀ ਹੈਗੇ ਨੇ, ਅਤੇ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ। ਅਤੇ ਹੋਰ ਮੈਂ ਉਹੀ ਮੰਗ ਕਰਨਾ ਜੀ ਮਤਲਬ ਇਹਨਾਂ ਨੂੰ ਨਕੇਲ ਪਾ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਏ, ਜਿਹਦੇ ਨਾਲ ਮਤਲਬ ਅਮਨ ਸ਼ਾਂਤੀ ਬਣੀ ਰਹੇ। ਸੇਫਟੀ ਇਹੋ ਹੀ ਆ ਜੀ, ਅਸੀਂ ਮਤਲਬ ਮੰਗ ਕਰਦੇ ਹਾਂ ਕਿ ਸਾਨੂੰ ਕੋਈ ਮਤਲਬ ਇੱਥੇ ਕੋਈ ਇੱਥੇ ਆਲੇ ਦੁਆਲੇ ਕੋਈ ਮਤਲਬ ਪੱਕੇ ਨਾਕੇ ਲਾਏ ਜਾਣ, ਕੋਈ ਪੈਟਰੋਲਿੰਗ ਪਾਰਟੀਆਂ ਮਤਲਬ ਰਾਤੀ ਮਤਲਬ ਲਾਈਆਂ ਜਾਣ। ਅਤੇ ਬਾਕੀ ਕੀ ਨੁਕਸਾਨ ਕੀ ਹੋਇਆ ਜਦੋਂ ਫਾਇਰਿੰਗ ਹੋਈ? ਨੁਕਸਾਨ ਹੈ ਜੀ ਆਹ ਸਾਡੇ ਜਿਹੜੇ ਦਫ਼ਤਰ ਦੇ ਸ਼ੀਸ਼ੇ ਨੇ ਸਾਰੇ ਤੋੜ ਗਏ ਨੇ, ਟੁੱਟ ਗਏ ਨੇ। ਇਹ ਦਫ਼ਤਰ ਦੇ ਸਾਡੇ ਸ਼ੀਸ਼ੇ ਟੁੱਟ ਗਏ ਨੇ ਸਾਰੇ ਜੀ। ਅਤੇ ਉਹ ਰਾਤੀ ਗੇਟ ਬੰਦ ਸੀ, ਕੋਈ ਸਾਡਾ ਕੋਈ ਮਤਲਬ ਮਾਲੀ ਨੁਕਸਾਨ ਤਾਂ ਨਹੀਂ, ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਬਾਕੀ ਸਾਡੇ ਦਫ਼ਤਰ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਨੇ ਸਾਰੇ। ਬਟਾਲਾ ਜਲੰਧਰ ਰੋਡ 'ਤੇ ਜਿਹੜੀ ਆ ਫਾਈਨਾਂਸ ਕੰਪਨੀ ਹੈਗੀ ਆ,
ਇਹਦੇ ਵਿੱਚ ਮਾਰਨਿੰਗ ਕਾਲ ਆਈ, ਸਾਨੂੰ ਕਾਲ ਰਿਸੀਵ ਹੋਈ ਤਾਂ ਅਸੀਂ ਮੌਕੇ 'ਤੇ ਪਹੁੰਚੇ ਹਾਂ। ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ, ਪਨਾਸ ਦੇ ਵਿੱਚ ਕੋਈ ਨਹੀਂ ਸੀ, ਬੰਦ ਕਰਕੇ ਕਲੋਜ਼ ਕਰਕੇ ਗਏ ਸੀ, ਤਾਂ ਕਿਸੇ ਹਮਲਾਵਰ ਨੇ ਉਹਦਾ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦੇ ਨਾਲ ਕੋਈ 30 ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ, ਜਿਹਦੇ ਨਾਲ ਉਹ ਸ਼ੀਸ਼ਾ ਟੁੱਟ ਗਿਆ। ਸੋ ਇੱਥੇ ਮੌਕੇ 'ਤੇ ਪੁੱਜੇ ਹਾਂ ਹੁਣ ਅਸੀਂ, ਇਹਨਾਂ ਨੂੰ ਵਿਕਟਮ ਨੂੰ ਮਿਲੇ ਹਾਂ। ਸੋ ਇਹਨਾਂ ਨੇ ਦੱਸਿਆ ਕਿ 3-4 ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਡਰਾਇਆ, ਧਮਕਾਇਆ, ਧਮਕੀ ਵੀ ਦਿੱਤੀ, ਫੋਨ ਆਇਆ ਸੀ ਇਹਨਾਂ ਨੂੰ, ਵਟਸਐਪ ਕਾਲ ਆਈ ਸੀ। ਸੋ ਅਸੀਂ ਇਹਨਾਂ ਦੇ ਕੋਲ ਪਹੁੰਚ, ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਰਜਿਸਟਰ ਕਰ ਰਹੇ ਹਾਂ, ਅਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟਰੇਸ ਕਰ ਰਹੇ ਹਾਂ। ਸੋ ਜਿਹੜਾ ਹਮਲਾਵਰ ਹੈ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ CCTV ਆ ਉਹ ਵੀ ਰਿਕਾਰਡ ਹੋਈ ਆ। ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਸ ਰਜਿਸਟਰ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ, ਅਸੀਂ ਇਹਨੂੰ ਜਿਹੜਾ ਵਾ ਹੱਲ ਕਰਾਂਗੇ ਕੇਸ ਨੂੰ। ਇਹ ਸਾਨੂੰ 5 ਜਿਹੜੇ ਖਾਲੀ ਰਾਉਂਡ ਮਿਲੇ ਨੇ।